ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਤੁਸੀਂ ਆਵਾਜ਼ ਕੌਮ ਟੀਵੀ ਦੇ ਮਾਧਿਅਮ ਰਾਹੀਂ ਖਬਰਾਂ ਸੁਣੋ। ਈਰਾਨ ਨੇ ਇਰਾਕ ਵਿੱਚ ਅਮਰੀਕਾ ਅਤੇ ਗੱਠਜੋੜ ਫੌਜਾਂ ਦੇ ਘੱਟੋ ਘੱਟ 2 ਫੌਜੀ ਟਿਕਾਣਿਆਂ 'ਤੇ ਦਰਜਨ ਤੋਂ ਵੱਧ ਬਲਿਸਟਿਕ ਮਿਜ਼ਾਈਲਾਂ ਦਾਗੀਆਂ ਨੇ, ਜਿਸ 'ਚ ਉਹਨਾਂ ਨੇ ਦਾਅਵਾ ਕੀਤਾ ਕਿ ਇਸ ਹਮਲੇ 'ਚ ਅਮਰੀਕਾ ਦੇ 80 ਸੈਨਿਕ ਮਾਰੇ ਗਏ ਹਨ। ਇਰਾਕ ਨੇ ਇਸ ਹਮਲੇ ਨੂੰ ਅਮਰੀਕਾ ਦੇ ਮੂੰਹ 'ਤੇ ਚਪੇੜ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਈਰਾਨ ਦੇ ਰੈਵੋਲੂਸ਼ਨਰੀ ਗਾਰਡ ਦੇ ਸੂਤਰਾਂ ਨੇ ਦੱਸਿਆ ਕਿ ਖੇਤਰ 'ਚ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਦੇ 140 ਟਿਕਾਣੇ ਦੀ ਪਛਾਣ ਕਰ ਲਈ ਗਈ ਹੈ। ਜੇਕਰ ਅਮਰੀਕਾ ਨੇ ਕਿਸੇ ਤਰ੍ਹਾਂ ਦੀ ਗਲਤੀ ਕੀਤੀ ਤਾਂ ਇਹਨਾਂ 'ਤੇ ਵੀ ਹਮਲੇ ਕੀਤੇ ਜਾਣਗੇ। ਇਰਾਨੀ ਸਟੇਟ ਟੀਵੀ ਅਨੁਸਾਰ ਇਹ ਹਮਲਾ ਉਹਨਾਂ ਦੀ ਜਨਰਲ ਕਾਸਿਮ ਸੁਲੇਮਾਨ ਦੀ ਅਮਰੀਕਾ ਵੱਲੋਂ ਕੀਤੇ ਹੱਤਿਆ ਦਾ ਬਦਲ ਲੈਣ ਲਈ ਕੀਤਾ ਗਿਆ ਹੈ। ਈਰਾਨੀ ਉੱਚ ਆਗੂ ਆਯਤੁੱਲਾਹ ਖਮੇਨੀ ਨੇ ਕਿਹਾ ਹੈ ਕਿ ਹਮਲਾ ਅਮਰੀਕਾ ਦੇ ਮੂੰਹ 'ਤੇ ਇੱਕ ਚਪੇੜ ਹੈ। ਸਟੇਟ ਟੈਲੀਵਿਜ਼ਨ 'ਤੇ ਲਾਈਵ 'ਤੇ ਆਪਣੇ ਭਾਸ਼ਣ ਖਮੇਨੀ ਨੇ ਕਿਹਾ ਹੈ ਕਿ ਬੀਤੀ ਰਾਤ ਅਮਰੀਕਾ ਦੇ ਮੂੰਹ 'ਤੇ ਇੱਕ ਚਪੇੜ ਮਾਰੀ ਗਈ। ਉਹਨਾਂ ਕਿਹਾ ਕਿ ਅਮਰੀਕਾ ਨੇ ਸਾਡੇ ਹੱਥ ਵੱਢੇ, ਅਸੀਂ ਉਸਦੇ ਪੈਰ ਵੱਢਾਂਗੇ। ਇਸ ਦੇ ਨਾਲ ਹੀ ਈਰਾਨ ਵਿਦੇਸ਼ ਮੰਤਰੀ ਜਵਾਦ ਸ਼ਰੀਫ ਨੇ ਕਿਹਾ ਹੈ ਕਿ ਅਸੀਂ ਯੁੱਧ ਨਹੀਂ ਚਾਹੁੰਦੇ ਪਰ ਆਪਣੀ ਰੱਖਿਆ ਕਰਾਂਗੇ। ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਆਤਮ ਰੱਖਿਆ 'ਚ ਸੰਯੁਕਤ ਰਾਸ਼ਟਰ ਚਾਰਟਰ 53 ਤਹਿਤ ਹਮਲਾ ਕੀਤਾ ਹੈ। ਈਰਾਨ ਵੱਲੋਂ ਅਮਰੀਕੀ ਫੌਜੀ ਟਿਕਾਣਿਆਂ 'ਤੇ ਕੀਤੇ ਮਿਜ਼ਾਈਲ ਹਮਲੇ ਤੋਂ ਬਾਅਦ ਭਾਰਤ ਨੇ ਆਪਣੇ ਨਾਗਰਿਕਾਂ ਨੂੰ ਅਗਲੀ ਜਾਣਕਾਰੀ ਤੱਕ ਇਰਾਕ ਦੀ ਗੈਰ ਜ਼ਰੂਰੀ ਯਾਤਰਾ ਕਰਨ ਤੋਂ ਬਚਣ ਦਾ ਸੁਝਾਅ ਦਿੱਤਾ ਹੈ। ਅਮਰੀਕਾ ਨਾਲ ਵੱਧ ਰਹੇ ਤਣਾਅ ਵਿਚਾਲੇ ਈਰਾਨ ਨੇ ਭਾਰਤ ਨੂੰ ਸ਼ਾਂਤੀ ਦੀ ਪਹਿਲ ਕਰਨ ਦੀ ਅਪੀਲ ਕੀਤੀ ਹੈ। ਭਾਰਤ ਵਿੱਚ ਈਰਾਨ ਦੇ ਰਾਜਦੂਤ ਅਲੀ ਚਿਗੇਨੀ ਨੇ ਕਿਹਾ ਹੈ ਕਿ ਉਹਨਾਂ ਦਾ ਦੇਸ਼ ਅਮਰੀਕਾ ਨਾਲ ਤਣਾਅ ਘੱਟ ਕਰਨ ਨੂੰ ਲੈ ਕੇ ਭਾਰਤ ਦੀ ਕਿਸੇ ਵੀ ਸ਼ਾਂਤੀ ਪਹਿਲ ਦਾ ਸਵਾਗਤ ਕਰੇਗਾ। ਈਰਾਨੀ ਰਾਜਦੂਤ ਨੇ ਬੁੱਧਵਾਰ ਨੂੰ ਇਹ ਬਿਆਨ ਦਿੱਤਾ ਕਿ ਹਾਲਾਂ ਈਰਾਨ ਨੇ ਸਿੱਧੇ ਸ਼ਬਦਾਂ 'ਚ ਅਮਰੀਕਾ ਨਾਲ ਸ਼ਾਂਤੀ ਦੀ ਪਹਿਲ ਨੂੰ ਲੈ ਕੇ ਭਾਰਤ ਤੋਂ ਮਦਦ ਨਹੀਂ ਮੰਗੀ, ਪਰ ਈਰਾਨੀ ਰਾਜਦੂਤ ਦੇ ਬਿਆਨ ਤੋਂ ਸਪਸ਼ਟ ਹੈ ਕਿ ਉਹਨਾਂ ਨੇ ਇਸ ਤੋਂ ਇਨਕਾਰ ਵੀ ਨਹੀਂ ਕੀਤਾ ਹੈ। ਅਮਰੀਕਾ ਅਤੇ ਈਰਾਨ 'ਚ ਵੱਧ ਰਹੇ ਤਣਾਅ ਵਿਚਾਲੇ ਭਾਰਤ ਨੇ ਸਮੁੰਦਰੀ ਰਸਤੇ ਰਾਹੀਂ ਹੁੰਦੇ ਆਪਣੇ ਵਪਾਰ ਦੀ ਸੁਰੱਖਿਆ ਅਤੇ ਕਿਸੇ ਵੀ ਸੰਕਟਕਾਲੀ ਸਥਿਤੀ ਦਾ ਢੁਕਵਾਂ ਜਵਾਬ ਦੇਣ ਲਈ ਖਾੜੀ ਖੇਤਰ ਜੰਗੀ ਬੇੜੇ ਤਾਇਨਾਤ ਕਰ ਦਿੱਤੇ ਨੇ। ਭਾਰਤੀ ਜਲ ਸੈਨਾ ਨੇ ਦੱਸਿਆ ਕਿ ਭਾਰਤੀ ਵਪਾਰੀਆਂ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ, ਮੌਜੂਦਾ ਸਥਿਤੀ 'ਤੇ ਨਜ਼ਰ ਰੱਖਣ ਅਤੇ ਕਿਸੇ ਵੀ ਤਰ੍ਹਾਂ ਦੇ ਸੰਕਟ ਦਾ ਜਵਾਬ ਦੇਣ ਲਈ ਖਾੜੀ ਖੇਤਰ ਜੰਗੀ ਬੇੜੇ ਤਾਇਨਾਤ ਕੀਤੇ ਗਏ ਨੇ। ਉੱਧਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਈਰਾਨ ਵੱਲੋਂ ਇਰਾਕ 'ਚ ਅਮਰੀਕੀ ਟਿਕਾਣੇ 'ਤੇ ਕੀਤੇ ਮਿਜ਼ਾਈਲ ਹਮਲੇ 'ਚ ਕਿਸੇ ਅਮਰੀਕੀ ਦਾ ਕੋਈ ਨੁਕਸਾਨ ਨਹੀਂ ਹੋਇਆ। ਇਸੇ ਦੌਰਾਨ ਟਰੰਪ ਨੇ ਮੱਧ ਪੂਰਬ ਵਿੱਚ ਜਾਰੀ ਤਣਾਅ ਦੌਰਾਨ ਈਰਾਨੀ ਲੀਡਰਸ਼ਿਪ ਨੂੰ ਸ਼ਾਂਤੀ ਦੀ ਪੇਸ਼ਕਸ਼ ਕੀਤੀ। ਵਾਈਟ ਹਾਊਸ ਤੋਂ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ ਕਿ ਹਮਲੇ 'ਚ ਸਾਡਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਸਾਡੇ ਸਾਰੇ ਸੈਨਿਕ ਪੂਰੀ ਤਰ੍ਹਾਂ ਸੁਰੱਖਿਅਤ ਨੇ ਅਤੇ ਸਾਡੇ ਸੈਨਿਕ ਟਿਕਾਣਿਆਂ ਨੂੰ ਕੇਵਲ ਕੁਝ ਨੁਕਸਾਨ ਹੀ ਪੁੱਜਾ ਹੈ। ਟਰੰਪ ਨੇ ਕਿਹਾ ਹੈ ਕਿ ਉਸ ਨੇ ਜਨਰਲ ਸੁਲੇਮਾਨੀ ਨੂੰ ਖਤਰਨਾਕ ਅੱਤਵਾਦੀ ਦੱਸਿਆ ਕਿਉਂਕਿ ਉਹ ਅਮਰੀਕਾ ਦੇ ਟਿਕਾਣਿਆਂ 'ਤੇ ਹਮਲੇ ਕਰਨ ਦੀ ਯੋਜਨਾ ਬਣਾ ਰਿਹਾ ਸੀ, ਪਰ ਅਸੀਂ ਇਸ ਨੂੰ ਰੋਕ ਦਿੱਤਾ। ਸੁਲੇਮਾਨੀ ਨੂੰ ਖਤਮ ਕਰਕੇ ਅਸੀਂ ਅੱਤਵਾਦੀਆਂ ਨੂੰ ਸਖ਼ਤ ਸੰਦੇਸ਼ ਦਿੱਤਾ ਹੈ। ਜੇਕਰ ਤੁਸੀਂ ਆਪਣੀ ਜ਼ਿੰਦਗੀ ਦੀ ਕੀਮਤ ਨੂੰ ਜਾਣਦੇ ਹੋ ਤਾਂ ਤੁਸੀਂ ਕਿਸੇ ਹੋਰ ਵਿਅਕਤੀ ਦੀ ਜ਼ਿੰਦਗੀ ਨੂੰ ਖਤਰੇ 'ਚ ਨਹੀਂ ਪਾਵੋਗੇ। ਕੇਂਦਰ ਸਰਕਾਰ ਦੀਆਂ ਕਥਿਤ ਦੇਸ਼ ਦੇ ਲੋਕ ਵਿਰੋਧੀ ਆਰਥਿਕ ਨੀਤੀਆਂ ਖਿਲਾਫ਼ ਖੱਬੇ ਪੱਖੀ ਸਮਰਥਕ 10 ਕੇਂਦਰੀ ਮਜ਼ਦੂਰ ਸੰਗਠਨਾਂ ਵੱਲੋਂ ਬੁੱਧਵਾਰ ਨੂੰ ਕੀਤੀ ਦੇਸ਼ ਵਿਆਪੀ ਹੜਤਾਲ ਭਾਰਤ ਬੰਦ ਦਾ ਰਲਿਆ ਮਿਲਿਆ ਅਸਰ ਵੇਖਣ ਨੂੰ ਮਿਲਿਆ। ਹੜਤਾਲ ਦੌਰਾਨ ਬੈਂਕਿੰਗ, ਆਵਾਜਾਈ ਅਤੇ ਉਦਯੋਗਿਕ ਤੋਂ ਇਲਾਵਾ ਹੋਰ ਕਈ ਖੇਤਰ ਕਿਤੇ ਕਿਤੇ ਪ੍ਰਭਾਵਿਤ ਅਤੇ ਕਿਤੇ ਆਮ ਵਾਂਗ ਹੀ ਕੰਮਕਾਰ ਹੁੰਦਾ ਨਜ਼ਰ ਆਇਆ। ਨਿੱਜੀ ਸੇਵਾ ਓਲਾ, ਉਬਰ ਅਤੇ ਆਟੋ ਰਿਕਸ਼ਾ ਸੰਗਠਨਾਂ ਵੱਲੋਂ ਵੀ ਹੜਤਾਲ ਦਾ ਸਮਰਥਨ ਕੀਤਾ ਗਿਆ ਸੀ। ਮਜ਼ਦੂਰ ਸੰਗਠਨ ਸਾਰੇ ਲੋਕਾਂ ਨੂੰ ਰੁਜ਼ਗਾਰ, ਸਿਹਤ ਅਤੇ ਸਿੱਖਿਆ, ਘੱਟੋ ਘੱਟ ਮਜ਼ਦੂਰੀ 21,000 ਰੁਪਏ ਪ੍ਰਤੀ ਮਹੀਨਾ, ਕਿਸਾਨਾਂ ਦੀ ਫਸਲ ਦਾ ਉਚਿਤ ਮੁੱਲ ਅਤੇ ਸਾਰਿਆਂ ਨੂੰ ਘੱਟੋ ਘੱਟ 10,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਦੀ ਮੰਗ ਕਰ ਰਹੇ ਸਨ। ਇਸ ਤੋਂ ਇਲਾਵਾ NRC ਅਤੇ ਨਾਗਰਿਕਤਾ ਸੋਧ ਕਾਨੂੰਨ ਦੇ ਮੁੱਦੇ ਵੀ
ਭਾਰਤ ਬੰਦ ਦਾ ਹਿੱਸਾ ਸਨ। ਮੰਨਿਆ ਜਾ ਰਿਹਾ ਕਿ ਤਕਰੀਬਨ 25 ਕਰੋੜ ਲੋਕ ਇਸ ਹੜਤਾਲ ਦਾ ਹਿੱਸਾ ਬਣੇ। ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਬਿਹਾਰ, ਰਾਜਸਥਾਨ, ਉੜੀਸਾ, ਤੇਲੰਗਾਨਾ, ਕੇਰਲਾ, ਪੱਛਮੀ ਬੰਗਾਲ, ਆਸਾਮ, ਤ੍ਰਿਪੁਰਾ, ਕਰਨਾਟਕ, ਤਾਮਿਲਨਾਡੂ, ਮਹਾਰਾਸ਼ਟਰ, ਛੱਤੀਸਗੜ੍ਹ ਅਤੇ ਆਂਧਰਾ ਪ੍ਰਦੇਸ਼ ਆਦਿ ਤੋਂ ਮਜ਼ਦੂਰਾਂ ਵੱਲੋਂ ਧਰਨੇ, ਪ੍ਰਦਰਸ਼ਨ ਅਤੇ ਰੈਲੀਆਂ ਕਰਨ ਦੀਆਂ ਖਬਰਾਂ ਹਨ। ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਵੱਲੋਂ ਭਾਰਤ ਬੰਦ ਦੇ ਸੱਦੇ ਨੂੰ ਪੰਜਾਬ ਦੀਆਂ 10 ਕਿਸਾਨ ਜਥੇਬੰਦੀਆਂ ਵੱਲੋਂ ਪੇਂਡੂ ਖੇਤਰ ਬੰਦ ਰੱਖਣ ਦੀ ਅਪੀਲ 'ਤੇ ਪੂਰੇ ਪੰਜਾਬ ਵਿੱਚ ਪੇਂਡੂ ਖੇਤਰ ਵਿੱਚ ਭਰਵਾਂ ਹੁੰਗਾਰਾ ਮਿਲਿਆ। ਕਿਸਾਨ ਸੰਗਠਨਾਂ ਦੇ ਆਗੂਆਂ ਅਤੇ ਵਰਕਰਾਂ ਨੇ ਵੱਡੀ ਪੱਧਰ 'ਤੇ ਪੇਂਡੂ ਸੜਕਾਂ 'ਤੇ ਰੋਕਾਂ ਲਗਾਈਆਂ ਹੋਈਆਂ ਸਨ। ਪਿੰਡਾਂ ਵਿੱਚ ਦੁੱਧ, ਸਬਜ਼ੀਆਂ, ਤੂੜੀ ਅਤੇ ਹੋਰ ਵਸਤਾਂ ਸ਼ਹਿਰਾਂ ਵਿੱਚ ਨਹੀਂ ਆ ਸਕੀਆਂ। ਕਿਸਾਨ ਸੰਗਠਨਾਂ ਨੇ ਅੰਮ੍ਰਿਤਸਰ ਅਤੇ ਮਾਨਸਾ ਜ਼ਿਲ੍ਹਿਆਂ ਵਿੱਚ ਦੁਪਹਿਰ 1 ਤੋਂ 3 ਵਜੇ ਤੱਕ ਰੇਲ ਆਵਾਜਾਈ ਰੋਕੀ, ਜਿਸ ਕਾਰਨ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਤੋਂ ਦਿੱਲੀ ਜਾਣ ਵਾਲੀਆਂ ਰੇਲਾਂ 2-2.5 ਘੰਟੇ ਦੇਰੀ ਨਾਲ ਚੱਲੀਆਂ। ਤਹਿਰਾਨ ਤੋਂ ਉਡਾਨ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਹਾਦਸਾਗ੍ਰਸਤ ਹੋਏ ਯੂਕਰੇਨ ਦੇ ਜਹਾਜ਼ 'ਚ ਸਵਾਰ ਸਾਰੇ 176 ਯਾਤਰੀਆਂ ਦੀ ਮੌਤ ਹੋ ਗਈ ਏ। ਇਰਾਨ ਦੇ ਸੜਕੀ ਅਤੇ ਆਵਾਜਾਈ ਅਥਾਰਟੀ ਦੇ ਬੁਲਾਰੇ ਕਾਸਿਮ ਬਿਨਿਆਜ਼ ਨੇ ਦੱਸਿਆ ਕਿ ਬੋਇੰਗ 737 ਜਹਾਜ਼ ਨੇ ਇਰਾਨ ਦੀ ਰਾਜਧਾਨੀ ਸਥਿਤ ਇਮਾਮ ਖਮਨੇਈ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਨ ਭਰੀ ਅਤੇ ਨਾਲ ਹੀ ਉਸਦੇ ਇੰਜਣ 'ਚ ਅੱਗ ਲੱਗ ਗਈ। ਬਿਨਿਆਜ਼ ਨੇ ਅਧਿਕਾਰ ਸਮਾਚਾਰੀ ਏਜੰਸੀ IRNA ਦੱਸਿਆ ਕਿ ਇਸ ਦੇ ਬਾਅਦ ਜਹਾਜ਼ ਦੇ ਪਾਇਲਟ ਨੇ ਸੰਤੁਲਨ ਗਵਾ ਦਿੱਤਾ, ਜਿਸ ਨਾਲ ਜਹਾਜ਼ ਜ਼ਮੀਨ 'ਤੇ ਆ ਡਿੱਗਾ। ਜਹਾਜ਼ ਹਵਾਈ ਅੱਡੇ ਤੋਂ 45 ਕਿਲੋਮੀਟਰ ਦੂਰ ਉੱਤਰ ਪੱਛਮ 'ਚ ਸੈਰੀਅਲ ਦੇ ਖਲਾਜਾਬਾਦ 'ਚ ਖੇਤਾਂ 'ਚ ਡਿੱਗਾ। ਬਿਨਿਆਜ਼ ਨੇ ਦੱਸਿਆ ਕਿ 167 ਯਾਤਰੀ ਅਤੇ ਚਾਲਕ ਦਲ ਦੇ 9 ਮੈਂਬਰ ਯੂਕਰੇਨ ਦੀ ਰਾਜਧਾਨੀ ਕੀਵ ਜਾ ਰਹੇ ਜਹਾਜ਼ 'ਚ ਸਵਾਰ ਸਨ। ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇ ਨੇ ਕਿਹਾ ਹੈ ਕਿ ਸਿਰਫ ਕਲਾਕਾਰ ਹੀ ਕਿਉਂ, ਕੋਈ ਵੀ ਵਿਅਕਤੀ ਆਪਣੇ ਵਿਚਾਰ ਪ੍ਰਗਟਣ ਲਈ ਕਿਤੇ ਵੀ ਜਾ ਸਕਦੇ ਨੇ। ਇਸ 'ਤੇ ਕਿਤੇ ਵੀ ਕੋਈ ਇਤਰਾਜ਼ ਨਹੀਂ ਹੋ ਸਕਦਾ। ਦੱਸਣਯੋਗ ਹੈ ਕਿ JNU ਜਾਣ 'ਤੇ ਕੁਝ ਲੋਕ ਦੀਪਿਕਾ ਦਾ ਸੋਸ਼ਲ ਮੀਡੀਆ 'ਤੇ ਬਾਈਕਾਟ ਛਪਾਕ ਹੈਸ਼ਟੈਗ ਦੇ ਨਾਲ ਉਸ ਨੂੰ ਟ੍ਰੋਲ ਕਰ ਰਹੇ ਸਨ। ਛਪਾਕ ਉਸ ਦੀ ਅਗਲੀ ਫਿਲਮ ਹੈ ਜੋ ਤੇਜ਼ਾਬ ਹਮਲੇ ਤੋਂ ਪੀੜਤ ਲਕਸ਼ਮੀ ਦੇ ਸੰਘਰਸ਼ 'ਤੇ ਆਧਾਰਿਤ ਹੈ। ਕੇਂਦਰੀ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਜਾਵੜੇਕਰ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਵਿੱਚ ਕਿਹਾ ਕਿ ਇਹ ਲੋਕਤੰਤਰ ਦੇਸ਼ ਹੈ, ਕੋਈ ਕਲਾਕਾਰ ਹੀ ਕਿਉਂ, ਕੋਈ ਵੀ ਆਮ ਵਿਅਕਤੀ ਕਿਤੇ ਵੀ ਜਾ ਸਕਦਾ, ਆਪਣੇ ਵਿਚਾਰ ਰੱਖ ਸਕਦਾ ਹੈ। ਕਈ ਸਵਾਲਾਂ ਦੇ ਜਵਾਬ 'ਚ ਉਹਨਾਂ ਕਿਹਾ ਕਿ ਮੈਂ ਭਾਜਪਾ ਦਾ ਮੰਤਰੀ ਹਾਂ ਅਤੇ ਬੁਲਾਰਾ ਵੀ, ਮੈਂ ਇਹ ਗੱਲਾਂ ਕਹਿ ਰਿਹਾ ਹਾਂ। ਬਾਲੀਵੁੱਡ ਅਦਾਕਾਰ ਦੀਪਿਕਾ ਪਾਦੂਕੋਣ ਜਵਾਹਰ ਲਾਲ ਨਹਿਰੂ ਵਿਦਿਆਰਥੀਆਂ 'ਤੇ ਹੋਏ ਹਮਲੇ ਬਾਅਦ ਆਪਣੀ ਇੱਕਜੁੱਟਤਾ ਦਿਖਾਉਣ ਲਈ ਬੀਤੇ ਦਿਨ JNU ਪਹੁੰਚੀ, ਉੱਥੇ ਮੌਜੂਦ ਲੋਕਾਂ ਨੂੰ ਸੰਬੋਧਨ ਵੀ ਕੀਤਾ ਸੀ। ਕਾਂਗਰਸ ਦੇ ਸੀਨੀਅਰ ਨੇਤਾ ਪੀ ਚਿਦੰਬਰਮ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਉਪ ਕੁਲਪਤੀ ਐਮ ਜਗਦੀਸ਼ ਕੁਮਾਰ ਨੂੰ ਵਿਦਿਆਰਥੀਆਂ ਦੀ ਭਲਾਈ ਲਈ ਆਪਣਾ ਅਹੁਦਾ ਛੱਡਣ ਦੀ ਸਲਾਹ ਦਿੱਤੀ ਹੈ। ਸਾਬਕਾ ਵਿੱਤ ਮੰਤਰੀ ਅਤੇ ਕਾਂਗਰਸੀ ਨੇਤਾ ਪੀ ਚਿਦੰਬਰਮ ਨੇ ਕਿਹਾ ਹੈ ਕਿ ਜਗਦੀਸ਼ ਕੁਮਾਰ ਨੂੰ ਇਸ ਸਲਾਹ ਨੂੰ ਮੰਨ ਲੈਣਾ ਚਾਹੀਦਾ ਹੈ। ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹੇ ਦੇ ਇੱਕ ਸਮੂਹਿਕ ਜਬਰ ਜਨਾਹ ਪੀੜਤ 21 ਸਾਲਾ ਵਿਦਿਆਰਥੀ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਦੀ ਮਾਂ ਨੇ ਜਬਰ ਜਨਾਹ ਦੇ ਦੋਸ਼ੀਆਂ 'ਤੇ ਮੁਕੱਦਮਾ ਵਾਪਸ ਲੈਣ ਲਈ ਦਬਾਅ ਬਣਾਉਣ 'ਤੇ ਜ਼ੁਲਮ ਕਰਨ ਦਾ ਦੋਸ਼ ਲਗਾਉਂਦੇ ਹੋਏ ਮੁਕੱਦਮਾ ਦਰਜ ਕਰਾਇਆ। ਬੀਤੇ ਦਿਨੀ LLB ਦੀ ਵਿਦਿਆਰਥੀ ਦੇ ਮ੍ਰਿਤਕ ਸਰੀਰ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮਾਮਲੇ 'ਚ 2 ਅਕਤੂਬਰ 2019 ਤੋਂ ਲੈ ਕੇ 7 ਜਨਵਰੀ 2020 ਤੱਕ ਕੁੱਲ 3 ਮੁਕੱਦਮੇ ਦਰਜ ਹੋਏ ਹਨ। ਦੀਪਿਕਾ ਪਾਦੂਗਨ ਦੇ JNU ਪਹੁੰਚਣ 'ਤੇ ਲਗਾਤਾਰ ਲੋਕਾਂ ਵੱਲੋਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ, ਜਿੱਥੇ ਅਦਾਕਾਰ ਕੰਗਨਾ ਰਣੌਤ ਦੀ ਭੈਣ ਰੰਗੋਲੀ ਚੰਦੋਲ ਨੇ ਇਸ ਨੂੰ ਦੀਪਿਕਾ ਦੀ ਫਿਲਮ ਦਾ ਪ੍ਰਚਾਰ ਦੱਸਿਆ। ਉੱਥੇ ਕਾਰਤਿਕ ਆਰੀਅਨ ਨੇ ਦੀਪਿਕਾ ਦੀ ਪ੍ਰਸ਼ੰਸਾ ਕੀਤੀ ਹੈ। ਇਸ ਦੌਰਾਨ ਸੋਨਾਕਸ਼ੀ ਸਿਨਹਾ ਨੇ ਵੀ ਇਸ ਮਾਮਲੇ 'ਤੇ ਟਵੀਟ ਕੀਤਾ ਹੈ। ਉਹਨਾਂ ਨੇ ਦੀਪਿਕਾ ਪਾਦੂਕੋਣ ਦੀ ਪ੍ਰਸ਼ੰਸਾ ਕੀਤੀ ਅਤੇ ਲਿਖਿਆ ਹੈ ਕਿ ਤੁਸੀਂ ਕਿਸੇ ਵੀ ਪਾਰਟੀ ਨੂੰ ਸਮਰਥਨ ਕਰਦੇ ਹੋ
ਕੀ ਤੁਸੀਂ ਹਿੰਸਾ ਦਾ ਸਮਰਥਨ ਕਰਦੇ ਹੋ? ਉਸ ਨੇ ਕਿਹਾ ਹੈ ਕਿ ਦੀਪਕਾ ਦਾ ਉੱਥੇ ਜਾਣਾ ਅਤੇ ਬਾਕੀ ਲੋਕਾਂ ਵੱਲੋਂ ਆਵਾਜ਼ ਚੁੱਕਣਾ ਸ਼ਲਾਘਾਯੋਗ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿੱਜੀ ਥਰਮਲ ਪਲਾਂਟ ਨਾਲ ਕੀਤੀ ਬਿਜਲੀ ਖਰੀਦ ਸਮਝੌਤੇ ਰੱਦ ਕਰਨ ਦੀ ਚੁਣੌਤੀ ਦਿੰਦਿਆਂ ਕਿਹਾ ਹੈ ਕਿ ਇਹਨਾਂ ਸਮਝੌਤਿਆਂ ਦਾ ਖਰੜਾ ਡਾਕਟਰ ਮਨਮੋਹਨ ਸਿੰਘ ਸਰਕਾਰ ਵੱਲੋਂ ਤਿਆਰ ਕੀਤਾ ਗਿਆ ਸੀ। ਜੇਕਰ ਉਹਨਾਂ ਨੂੰ ਇਹਨਾਂ ਸਮਝੌਤਿਆਂ 'ਚ ਕੋਈ ਗੜਬੜ ਜਾਪਦੀ ਹੈ ਤਾਂ ਉਹ ਤੁਰੰਤ ਇਹਨਾਂ ਨੂੰ ਰੱਦ ਕਰਨ। ਉਹਨਾਂ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਵੱਲੋਂ ਰਿਸ਼ਵਤ ਲੈ ਕੇ ਨਿੱਜੀ ਕੰਪਨੀਆਂ ਨੂੰ ਲਾਭ ਪਹੁੰਚਾਇਆ ਗਿਆ ਹੈ ਅਤੇ ਇਸ ਨੇ ਜਾਣਬੁੱਝ ਕੇ ਕੋਲੇ ਦੀ ਧੁਆਈ ਨਾਲ ਜੁੜੇ 2500 ਕਰੋੜ ਰੁਪਏ ਦੇ ਮਾਮਲੇ ਅਤੇ 1602 ਕਰੋੜ ਰੁਪਏ ਦੇ ਟ੍ਰਿਬਿਊਨਲ ਅਵਾਰਡ ਦੇ ਮਾਮਲੇ ਦੀ ਅਦਾਲਤ ਵਿੱਚ ਢਿੱਲੀ ਪੈਰਵਾਈ ਕੀਤੀ ਹੈ। ਕਸਬਾ ਬਿਆਸ ਦੇ ਇੱਕ ਨਾਮਵਰ ਨਿੱਜੀ ਸਕੂਲ 'ਚ ਬੀਤੀ 13 ਦਸੰਬਰ 2019 ਨੂੰ ਵਾਪਰੇ ਜਬਰਜਨਾ ਕਾਂਡ, ਜਿਸ ਵਿੱਚ ਸਕੂਲ 'ਚ ਪੜ੍ਹਦੇ ਹੀ ਇੱਕ 10ਵੀਂ ਜਮਾਤ ਦੇ ਵਿਦਿਆਰਥੀ ਵੱਲੋਂ ਉਸੇ ਸਕੂਲ ਦੀ ਦੂਸਰੀ ਜਮਾਤ ਦੀ ਪੜ੍ਹਦੀ 8 ਸਾਲਾ ਬੱਚੀ ਨਾਲ ਜਬਰਜਨਾ ਦੀ ਘਟਨਾ ਵਾਪਰੀ ਸੀ ਦੀ ਜਾਂਚ ਦੀ ਡਿਊਟੀ ਕਮੇਟੀ ਵੱਲੋਂ ਵੱਡਾ ਖੁਲਾਸਾ ਕਰਦਿਆਂ ਮੈਡੀਕਲ ਰਿਪੋਰਟਾਂ 'ਚ ਬੱਚੀ ਨਾਲ ਜਬਰਜਨਾ ਦੀ ਪੁਸ਼ਟੀ ਹੋਈ ਹੈ, ਜਿਸ 'ਤੇ ਪੁਲਿਸ ਨੇ ਕਾਰਵਾਈ ਕਰਦਿਆਂ ਨਿੱਜੀ ਸਕੂਲ ਦੇ ਡਾਇਰੈਕਟਰ, ਪ੍ਰਿੰਸੀਪਲ ਅਤੇ ਕਲਾਸ ਟੀਚਰ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਇੱਥੇ ਬਾਬਾ ਬਕਾਲਾ ਸਾਹਿਬ ਵਿਖੇ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਥਾਣਾ ਬਿਆਸ ਦੀ ਪੁਲਿਸ ਵੱਲੋਂ ਕਥਿਤ ਦੋਸ਼ੀ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਸੀ ਅਤੇ ਸਕੂਲ ਪ੍ਰਬੰਧਕਾਂ ਵੱਲੋਂ ਉਸ ਵਿਦਿਆਰਥੀ ਦਾ ਨਾਮ ਵੀ ਸਕੂਲ 'ਚ ਕੱਟ ਦਿੱਤਾ ਗਿਆ ਹੈ। ਪੁਲਿਸ ਚੌਂਕੀ ਰਾਮ ਤੀਰਥ ਅਧੀਨ ਆਉਂਦੇ ਪਿੰਡ ਖਿਆਲਾ ਕਲਾਂ ਦੇ ਅੱਡਾ ਵਿਖੇ ਕੱਪੜੇ ਦੀ ਦੁਕਾਨ ਅਤੇ ਸੁਨਿਆਰੇ ਦਾ ਕਾਰੋਬਾਰ ਕਰਦੇ ਸਾਬਕਾ ਗਣਿਤ ਅਧਿਆਪਕ ਕੁਲਵੰਤ ਸਿੰਘ ਅਤੇ ਉਸਦੀ ਪਤਨੀ ਪ੍ਰੀਤਮ ਕੌਰ ਦਾ ਬੇਰਹਿਮੀ ਨਾਲ ਲੁਟੇਰਿਆਂ ਵੱਲੋਂ ਕਤਲ ਕਰ ਦਿੱਤਾ ਗਿਆ। ਉਹਨਾਂ ਦਾ ਇਕਲੌਤਾ ਪੁੱਤਰ ਅੰਮ੍ਰਿਤਸਰ ਵਿਖੇ ਰਹਿੰਦਾ ਸੀ। ਗੁਰੂ ਨਾਨਕ ਖਾਲਸਾ ਸ਼ਹੀਦ ਸੈਕੈਂਡਰੀ ਨਜ਼ਦੀਕ ਪਿੰਡ ਫਤਿਹਪੁਰ ਰਾਜਪੂਤਾਂ ਵਿਖੇ ਇੱਕ 24 ਸਾਲਾ ਨੌਜਵਾਨ ਦਾ ਅਣਪਛਾਤਿਆਂ ਵੱਲੋਂ ਤੀਰਥਿਆਂ ਨਾਲ ਬੜੀ ਬੇਰਹਿਮੀ ਨਾਲ ਕਤਲ ਕਰ ਦੇਣ ਦੀ ਵੀ ਖਬਰ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 26 ਜਨਵਰੀ ਗਣਤੰਤਰ ਦਿਵਸ ਮੌਕੇ ਮੋਹਾਲੀ ਵਿਖੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ ਅਤੇ ਰਾਜ ਪੱਧਰੀ ਸਮਾਗਮ ਗੁਰਦਾਸਪੁਰ 'ਚ ਰੱਖਿਆ ਗਿਆ ਹੈ, ਜਿੱਥੇ ਰਾਜਪਾਲ VP ਸਿੰਘ ਬਦਨੌਰ ਸਮਾਰੋਹ ਵਿੱਚ ਝੰਡਾ ਲਹਿਰਾਉਣਗੇ। ਇੰਗਲੈਂਡ ਦੀ ਕਬੱਡੀ ਵਿਸ਼ਵ ਭਰ 'ਚ ਮਸ਼ਹੂਰ ਹੈ। ਇੱਥੋਂ ਦੇ ਖੇਡ ਪ੍ਰਮੋਟਰਾਂ ਵੱਲੋਂ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਪ੍ਰਫੁੱਲਿਤ ਕਰਨ ਲਈ ਅਹਿਮ ਯੋਗਦਾਨ ਪਾਇਆ ਹੈ, ਪਰ ਬੀਤੇ ਕੁਝ ਵਰ੍ਹਿਆਂ ਤੋਂ ਨਸ਼ਿਆਂ ਦੀ ਦਲਦਲ 'ਚ ਫਸੀ ਕਬੱਡੀ ਨੇ ਕਈ ਸਵਾਲ ਖੜ੍ਹੇ ਕੀਤੇ ਨੇ। ਬੀਤੇ ਕੁਝ ਦਿਨਾਂ ਤੋਂ ਮੀਡੀਆ 'ਚ ਛਪੀਆਂ ਖਬਰਾਂ 'ਚ ਗੁੰਮਨਾਮ ਖਿਡਾਰੀ ਨੇ 2012 'ਚ ਇੰਗਲੈਂਡ ਖੇਡਣ ਮੌਕੇ ਨਸ਼ਿਆਂ ਨੂੰ ਲੈ ਕੇ ਇੰਗਲੈਂਡ ਦੇ ਪ੍ਰਮੋਟਰਾਂ ਵੱਲੋਂ ਬਿਨਾਂ ਕਿਸੇ ਦਾ ਨਾਂ ਲੈ ਉਂਗਲੀ ਕੀਤੀ ਹੈ, ਜਿਸ 'ਤੇ ਇਤਰਾਜ਼ ਪ੍ਰਗਟ ਕਰਦਿਆਂ ਇੰਗਲੈਂਡ ਕਬੱਡੀ ਫੈਡਰੇਸ਼ਨ UK ਦੇ ਪ੍ਰਧਾਨ ਸੁਰਿੰਦਰ ਸਿੰਘ ਮਾਣਕ, ਪ੍ਰਧਾਨ ਰਣਜੀਤ ਸਿੰਘ ਢਾਂਡਾ, ਚੇਅਰਮੈਨ ਹਰਨੇਕ ਸਿੰਘ ਨੇਕਾ ਮੈਗੀਪੁਰ ਅਤੇ ਕੁਲਵੰਤ ਸਿੰਘ ਸੰਘਾ, ਜਨਰਲ ਸਕੱਤਰ ਛਪਾਲ ਸਿੰਘ ਸੋਤਾ ਅਤੇ ਹਰਚਰਨ ਸਿੰਘ ਪਿੰਕੀ ਢਿੱਲੋਂ ਨੇ ਕਿਹਾ ਕਿ 8 ਸਾਲ ਬਾਅਦ ਕਿਸੇ ਖਿਡਾਰੀ ਵੱਲੋਂ ਇੰਗਲੈਂਡ ਦੇ ਪ੍ਰਮੋਟਰਾਂ 'ਤੇ ਦੋਸ਼ ਲਗਾਉਣੇ ਗਲਤ ਨੇ। ਬੁੱਧਵਾਰ ਨੂੰ ਮਲੇਸ਼ੀਆ ਮਾਸਟਰ 'ਚ HS ਪ੍ਰਣੈ ਨੇ ਵਿਸ਼ਵ ਦੀ 10 ਨੰਬਰ 'ਤੇ ਆਉਣ ਵਾਲੀ ਕਾਂਤਾ ਸੁਨਿਆਮਾ ਨੂੰ ਪਛਾੜਦੇ ਹੋਏ ਭਾਰਤੀ ਮਹਿਲਾ ਸਟਲ PV ਸਿੱਧੂ ਦੇ ਸਾਇਨਾ ਨੇਹਵਾਲ ਨੇ ਸ਼ੁਰੂਆਤੀ ਜਿੱਤ ਦਰਜ ਕਰਦਿਆਂ ਦੂਜੇ ਗੇੜ 'ਚ ਪ੍ਰਵੇਸ਼ ਕੀਤਾ ਹੈ। ਆਸਟ੍ਰੇਲੀਆ ਵਿੱਚ ਪਾਣੀ ਦੀ ਬੱਚਤ ਕਰਨ ਲਈ 10,000 ਊਠਾਂ ਦਾ ਕਤਲ ਕਰਨ ਦੇ ਆਦੇਸ਼ ਦਿੱਤੇ ਨੇ। ਆਸਟ੍ਰੇਲੀਆ ਇਸ ਸਮੇਂ ਜੰਗਲਾਂ ਦੀ ਅੱਗ ਕਾਰਨ ਵੱਡੇ ਸੰਕਟ 'ਚੋਂ ਲੰਘ ਰਿਹਾ ਹੈ ਅਤੇ ਪਾਣੀ ਦੀ ਵੱਡੀ ਕਿੱਲਤ ਮੀਂਹ ਨਾ ਪੈਣ ਕਰਕੇ ਹੋ ਰਹੀ ਹੈ। ਸਾਊਥ ਆਸਟ੍ਰੇਲੀਅਨ ਡਿਪਾਰਟਮੈਂਟ ਫਾਰ ਇਨਵਾਇਰਮੈਂਟ ਅਤੇ ਵਾਟਰ ਦੀ ਰਿਪੋਰਟ ਅਨੁਸਾਰ ਪਾਣੀ ਦੀ ਘਾਟ ਕਰਕੇ ਕਈ ਜਾਨਵਰ ਪਿਆਸੇ ਮਰ ਰਹੇ ਨੇ। ਊਠ ਬਹੁਤ ਜ਼ਿਆਦਾ ਪਾਣੀ ਪੀਂਦੇ ਹਨ। ਇਹਨਾਂ ਊਠਾਂ ਨੂੰ ਹੈਲੀਕਾਪਟਰ ਰਾਹੀਂ ਨਿਸ਼ਾਨੇਬਾਜ਼ਾਂ ਰਾਹੀਂ ਅਗਲੇ 5 ਦਿਨਾਂ ਵਿੱਚ ਮਾਰ ਦਿੱਤਾ ਜਾਵੇਗਾ। ਇੱਥੇ ਗੌਰਤਲਬ ਹੈ ਕਿ ਇਹ ਊਠ ਆਸਟ੍ਰੇਲੀਆ ਵਿੱਚ ਢੋਆ ਢੁਆਈ ਦੇ ਕੰਮ ਆਉਂਦੇ ਹਨ, ਪਰ ਜਦੋਂ ਦੇ ਇੰਜਣ ਚੱਲ ਪਏ ਉਦੋਂ ਦੇ ਊਠ ਵਿਹਲੇ ਹੋ ਗਏ। ਊਠਾਂ ਦੀ ਸਾਂਭ ਸੰਭਾਲ ਵਿੱਚ $1 ਮਿਲੀਅਨ ਖਰਚ ਹੋ ਰਹੇ ਨੇ। ਕਿਸਾਨਾਂ ਵੱਲੋਂ ਕਿਹਾ ਗਿਆ ਕਿ ਇਹ ਫਸਲਾਂ ਖਰਾਬ ਕਰ ਦਿੰਦੇ ਨੇ ਅਤੇ ਦੂਸਰੇ ਜਾਨਵਰਾਂ ਦੇ ਭੋਜਨ ਅਤੇ ਪਾਣੀ ਪੀ ਜਾਂਦੇ ਹਨ।
ਹੁਣ ਇਹਨਾਂ 10,000 ਊਠਾਂ ਨੂੰ ਮਾਰ ਦਿੱਤਾ ਜਾਵੇਗਾ। ਇੱਥੇ ਦੱਸਣਯੋਗ ਹੈ ਕਿ ਆਸਟ੍ਰੇਲੀਆ ਦੇ ਜੰਗਲਾਂ ਵਿੱਚ ਮਿਲੀਅਨ ਤੋਂ ਉੱਪਰ ਊਠ ਹਨ ਅਤੇ ਇੱਕ ਰਿਪੋਰਟ ਮੁਤਾਬਕ 9 ਸਾਲ ਵਿੱਚ ਇਹਨਾਂ ਦੀ ਗਿਣਤੀ ਦੁੱਗਣੀ ਹੋ ਜਾਂਦੀ ਹੈ। ਬਹੁਤ ਸਾਰੀਆਂ ਸਿੱਖ ਸੰਸਥਾਵਾਂ ਅਤੇ ਜਥੇਬੰਦੀਆਂ ਆਸਟ੍ਰੇਲੀਆ ਦੇ ਜੰਗਲ ਦੀ ਅੱਗ ਦੇ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਈਆਂ ਨੇ। ਉਹ ਉਹਨਾਂ ਲੋਕਾਂ ਨੂੰ ਮੁਫਤ ਖਾਣਾ ਅਤੇ ਹੋਰ ਕਈ ਤਰ੍ਹਾਂ ਦੀ ਮਦਦ ਕਰ ਰਹੀਆਂ ਨੇ। ਇੱਥੇ ਸਿੱਖ ਸੰਗਠਨਾਂ ਨੇ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਦੇ ਪ੍ਰਭਾਵਿਤ ਇਲਾਕਿਆਂ 'ਚ ਜਾ ਕੇ ਖਾਣ ਪੀਣ ਦੀਆਂ ਵਸਤਾਂ ਜਿਵੇਂ ਜੂਸ, ਮਿਲਕ ਪਾਊਡਰ, ਪਾਣੀ, ਬਿਸਕੁਟ ਅਤੇ ਮਾਸਕ ਆਦਿ ਟਰੱਕਾਂ ਰਾਹੀਂ ਪਹੁੰਚਾਇਆ ਹੈ। ਆਸਟ੍ਰੇਲੀਅਨ ਸਿੱਖ ਸਪੋਰਟਸ, ਆਸਟ੍ਰੇਲੀਅਨ ਸਿੱਖ ਵਲੰਟੀਅਰਸ, ਯੂਨਾਈਟਿਡ